ਮੇਰਾ ਕੋਈ ਧੜਾ ਨਹੀਂ, ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਾਂ, ਅੰਮ੍ਰਿਤਸਰ ਫਸਟ, ਇਹ ਮੇਰੇ ਜੀਵਨ ਦਾ ਲਕਸ਼ ਹੈ, ਇਹ ਮੇਰੇ ਗੁਰੂ ਘਰ ਦਾ ਸਨਮਾਨ ਹੋਵੇ, ਅੰਮ੍ਰਿਤਸਰ ਫਸਟ। ਜਿਹੜਾ ਅੰਮ੍ਰਿਤਸਰ ਵਾਲਾ ਮੈਂ ਉਹਦੀ ਜੈ ਜੈਕਾਰ ਕਰੂੰਗਾ, ਅਤੇ ਜਿਹੜਾ ਨਹੀਂ ਹੈ ਮੈਂ 15 ਲੱਖ ਬੰਦਿਆਂ ਵੱਲੋਂ ਉਹਨੂੰ ਸਵਾਲ ਕਰਨ ਦਾ ਅਧਿਕਾਰ ਰੱਖਦਾ। ਇਸ ਕਰਕੇ ਮੈਂ ਸੈਟਿਸਫਾਈਡ ਹਾਂ ਔਰ ਵੈਲਕਮ ਕਰਦਾ ਕਿ ਜਿਨ੍ਹਾਂ ਨੂੰ ਮੈਂ ਸਰਕਾਰ ਕਿਹਾ ਉਹਨਾਂ ਨੇ ਸਰਕਾਰ ਵੱਲੋਂ ਨਿਰਣੇ ਲਏ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਤਿਕਾਰਯੋਗ ਪਿਤਾ ਸਮਾਨ, ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ। ਅਗਲੀ ਗੱਲ ਆ ਜਾਂਦੀ ਹੈ, ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੀ ਗੱਲ ਮੈਂ ਕਹਿਣਾ ਉਹਨੂੰ ਸਿੱਧੂ ਦਾ ਮੁੱਦਾ ਸਮਝ ਕੇ ਛੱਡ ਦਿੱਤਾ ਜਾਂਦਾ। ਸਿੱਧੂ ਦਾ ਕੋਈ ਮੁੱਦਾ ਨਹੀਂ, ਇਹ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮੁੱਦਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੇ ਉੱਚ ਸਥਾਨ ਦਾ ਪਾਤਰ ਹੈ ਉਹਦਾ ਪ੍ਰੂਫ ਦੇਣ ਦੇ ਲਈ MP ਨੂੰ ਕਹਿਣ ਦੀ ਲੋੜ ਨਾ ਪਵੇ। ਉਹ ਕਿਉਂ ਤੁਸੀਂ ਛੋਟੀਆਂ ਗੱਲਾਂ 'ਚ ਪੈ ਰਹੇ ਹੋ ਭਾਈ? ਹੈਲੋ, ਇੱਕ ਮਿੰਟ। ਅਤੇ ਅਫਸੋਸ ਇਸ ਗੱਲ ਦਾ ਕਿ ਸਿੱਧੂ ਦੇ ਮੁੱਦੇ ਨਹੀਂ, ਸਿੱਧੂ ਦਾ ਮੁੱਦਾ ਸਮਝ ਕੇ ਕਿਸੇ ਨੂੰ ਨਹੀਂ ਛੱਡਣਾ ਚਾਹੀਦਾ। ਸਿੱਧੂ ਤਾਂ ਹਮੇਸ਼ਾ ਇਹ ਕਹਿੰਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੱਕ ਸਪੈਸ਼ਲ ਸਟੈਟਸ ਮਿਲਣਾ ਚਾਹੀਦਾ, ਇਹ ਸਥਾਨ ਸਟੈਟਸ ਵਾਲਾ ਹੈ। ਇਹ ਥਾਂ, ਇਹੋ ਸਥਾਨ ਹੈ ਜਿੱਥੇ 1.25 ਲੱਖ ਬੰਦਾ ਰੋਜ਼ ਮੱਥਾ ਟੇਕਣ ਆਉਂਦਾ ਹੈ, ਇਹੋ ਸਥਾਨ ਹੈ ਜਿੱਥੋਂ ਪੰਜਾਬ ਦੀ ਇਮੇਜ ਬਾਹਰ ਜਾਂਦੀ ਹੈ। ਸੋ ਇਸ ਕਰਕੇ ਇੱਕ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਪਾਉਣ ਔਰ ਉਹਦੇ 'ਚ ਕਹਿਣ ਵੀ ਜੀ ਸਪੈਸ਼ਲ ਫੰਡ, ਸਪੈਸ਼ਲ ਦਰਜਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਇੱਕ ਸ਼ੋਕੇਸ ਬਣਾਉਣ ਦੇ ਲਈ, ਜਿਹੜਾ ਪੂਰੇ ਵਰਲਡ ਖੜ੍ਹਾ ਹੋ ਕੇ ਦੇਖੇ ਕਿ ਪੰਜਾਬੀਅਤ ਦਾ ਕੋਈ ਧੁਰਾ ਹੈ, ਆਸਥਾ ਦਾ ਕੇਂਦਰ ਹੈ, ਜਿੱਥੋਂ ਜੋੜਨ ਦਾ ਸੰਦੇਸ਼ ਜਾਂਦਾ ਹੈ।